डीसी दफ्तर विखे मिलिया तो मैं वह कहें कि 30/6/2019 असी राशि थोड़े खाते पा देंगे। वो अज तक इन्होंने मेरे खाते माफ़ी नहीं पाई। मैं उन्होंने दस्या भी आ सर्टिफिकेट भी दिखाया, आ मेरे को सर्टिफिकेट है सरकार का जो कि मैंने सर्टिफिकेट दिता इन्होंने कर्जा माफ़ी का, तो मैं सर्टिफिकेट भी दिखाया। तो मैंने कहते नहीं कोई गल नहीं, चलो मिसटेक हो गई किसी अफसर तो, असं 30/6/2019 खाते थोड़े असं राशि पैसे पा देंगे। सत श्री अकाल जी सारिआं नूं, ते स्वागत है आप सारे मेरे वीरां ते भैणां दा जो अज अपनी ए अपने इस चैनल ते यूट्यूब चैनल बल्लू आने वाले सच्चियां गल्लां इस चैनल ते अज साडी ए वीडियो देख रहे ने। सो अज आपां अज पहुँचे हुए हाँ पिंड अबोर दे नेड़े रूड़ियां वाली पिंड दे विच, जिस दे विच एक परिवार जिसनों आप मिल के अज गलबात करनी है। सो आओ इस परिवार के नाल आप गलबात करते हाँ, तो इन्हों दे विच बैठ के आप गलबात करांगे, तो इन्हों दी की ने मजबूरियाँ सारिया गल्लां बातें आप सारिया दे नाल सांझियां करांगे तुहाडे नाल, तो इन्हों दे नाल आप गलबात करते हाँ जी। आओ जी, हाँ जी, एक बार फिर तो तुहानू सारिया वीरां नू अते भैणां नू द्वार तो श्री अकाल। तो यह परिवार है जिस परिवार को अज आप मिल के गलबात करनी है। इस परिवार ने यह बजुर्ग जिन्होंने बहुत ही दस रहे ने दुख झले ने, इन दुखों के जो अज आप इन दुखों के बारे गलबात करनी है बाबा जी के नाल, ते सो आओ आप बाबा जी के नाल गलबात करते हाँ। बाबा जी सत श्री अकाल जी। सत श्री अकाल, सत श्री अकाल, ਹੋਰ ਠੀਕ ਠਾਕ? ਹਾਂ ਠੀਕ ਠਾਕ ਜੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਹੋਰ ਠੀਕ ਠਾਕ ਭਾਈ? ਹਾਂ ਠੀਕ ਠਾਕ ਜੀ। ਹਾਂਜੀ ਤੁਸੀਂ ਸੁਣਾਓ? ਠੀਕ ਠਾਕ ਜੀ, ਬਹੁਤ ਵਧੀਆ ਚੜ੍ਹਦੀ ਕਲਾ। ਠੀਕ ਠਾਕ ਤਾਂ ਬਸ ਅਸੀਂ ਇਸ ਤਰ੍ਹਾਂ ਜੀ ਵੀ ਸਾਡਾ ਜਿਹੜਾ ਅੱਜ ਤੱਕ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈਗੀ। ਹਾਂਜੀ, ਸਾਡਾ ਕਰਜ਼ਾ ਮਾਫ਼ੀ ਦਾ ਇਹ ਕੇਸ ਸੀਗਾ। ਹਾਂਜੀ, ਅਤੇ ਇਹ ਜੋ 2018 'ਚ ਸਰਕਾਰ ਨੇ ਕਿਸਾਨਾਂ ਨੂੰ ਕਰਜ਼ਾ ਮਾਫ਼ ਕੀਤਾ ਸੀਗਾ, ਹਾਂਜੀ, ਉਹ 'ਚ ਸਾਡਾ ਨਾਂ ਸੀਗਾ ਲਿਸਟ ਦੇ ਵਿੱਚ। ਹਾਂਜੀ, ਅਤੇ ਉਹ ਸਾਡਾ ਇਹਨਾਂ ਨੇ ਕੀ ਕੀਤਾ ਕਿ 42,899 ਰੁਪਏ ਸਾਡਾ ਕਰਜ਼ਾ ਸੀਗਾ, ਅਤੇ 50,254 ਰੁਪਏ ਇਹਨਾਂ ਨੇ ਦਰਜ ਕਰਤੇ, ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸਾਡੀ ਕਰਜ਼ਾ ਮਾਫ਼ੀ ਆਈ ਹੈ। ਜਦੋਂ ਅਸੀਂ ਸੰਬੰਧਿਤ ਅਧਿਕਾਰੀਆਂ ਨਾਲ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਵੀ ਸਾਡੀ ਖਾਤੇ 'ਚ ਮਾਫ਼ੀ ਪਾ ਦਿਓ ਬੈਂਕ ਨਾਲ, ਕੋਆਪਰੇਟਿਵ ਬੈਂਕ ਨਾਲ, ਉੱਥੇ ਇੱਕ ਮਹਾਂਵੀਰ ਪ੍ਰਸ਼ਾਦ ਇੱਕ ਇਹਨਾਂ ਦਾ ਅਧਿਕਾਰੀ ਹੈਗਾ ਉੱਥੇ ਬੈਂਕ ਦੇ ਵਿੱਚ। ਹਾਂਜੀ ਹਾਂਜੀ, ਅਸੀਂ ਉਹਦੇ ਕੋਲ ਗਏ ਤਾਂ ਸਾਨੂੰ ਕਹਿੰਦੇ ਵੀ ਕੋਈ ਨਹੀਂ ਤੁਹਾਡੀ ਮਾਫ਼ੀ ਪਾਉਂਦੇ, ਅਸੀਂ ਪਾ ਦਿੰਦੇ ਹਾਂ, ਤੁਹਾਡੀ ਮਾਫ਼ੀ ਜ਼ਿਆਦਾ ਆਈ ਹੈ, ਅਸੀਂ ਦੇਖਦੇ ਹਾਂ ਪਾ ਦਿੰਦੇ ਹਾਂ। ਸਾਨੂੰ ਨਾ ਤਾਂ ਜਵਾਬ ਦਿੱਤਾ ਅਤੇ ਨਾ ਸਾਡੇ ਖਾਤੇ 'ਚ ਮਾਫ਼ੀ ਪਾਈ ਉਹਨਾਂ ਨੇ। ਹਾਂਜੀ, ਫਿਰ ਉਸ ਤੋਂ ਮੇਰਾ ਬੇਟਾ ਜਿਹੜਾ ਰੁਪਿੰਦਰ ਸਿੰਘ ਸੀਗਾ ਉਹ ਬਿਮਾਰ ਸੀਗਾ, ਬਿਮਾਰ ਚੱਲ ਰਿਹਾ ਸੀ, ਉਹਦਾ ਇਲਾਜ ਚੱਲ ਰਿਹਾ ਸੀਗਾ, ਅਤੇ ਅਸੀਂ ਉਹਨੂੰ ਜਿਹੜਾ ਖਾਤਾ ਰਿਨਿਊ ਕਰਾ ਕੇ ਦੁਬਾਰਾ ਇਸ ਸੋਸਾਇਟੀ ਦੇ ਵਿੱਚੋਂ ਪੈਸੇ ਲੈ ਕੇ ਅਸੀਂ PGI ਚੰਡੀਗੜ੍ਹ ਲੈ ਕੇ ਜਾਣਾ ਸੀਗਾ। ਉਹ ਪੈਸੇ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਉਹਨੂੰ ਨਾ ਲਿਜਾ ਸਕੇ ਚੰਡੀਗੜ੍ਹ 'ਚ, ਇਲਾਜ ਨਾ ਕਰਾ ਸਕੇ। ਉਹ ਬੇਟੇ ਦੀ ਜਿਹੜੀ ਮੁਸ਼ਕਲ ਉਹ ਜ਼ਿਆਦਾ ਵੱਧ ਗਈ, ਉਹ ਠੀਕ ਨਾ ਹੋਇਆ, ਉਹ ਗੰਗਾਨਗਰ ਅਸੀਂ ਦਾਖਲ ਵੀ ਰੱਖਿਆ। 29/7/2018 ਨੂੰ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਮੈਂ ਆਪ ਬਿਮਾਰ ਹੋ ਗਿਆ, ਮੈਂ ਠੀਕ ਨਾ ਰਿਹਾ, ਮੇਰੀ ਦਿਮਾਗੀ ਟੈਨਸ਼ਨ ਹੋ ਗਈ ਮੈਨੂੰ, ਕਿਉਂਕਿ ਮੇਰੇ ਦੋ ਬੇਟੇ ਸੀ, ਇੱਕ ਪਹਿਲਾਂ ਮੇਰਾ ਵੱਡਾ ਬੇਟਾ ਸੀ 2010 'ਚ ਗੁਜ਼ਰ ਗਿਆ ਸੀ, ਉਹ ਅਚਾਨਕ ਉਹਨੂੰ ਅਟੈਕ ਹੋ ਗਿਆ ਸੀਗਾ, ਉਹ ਜ਼ਮੀਨ ਥੋੜ੍ਹੀ ਸੀਗੀ, ਉਹ ਸਿਸਟਮ ਆ ਬਸ ਇਸ ਤਰ੍ਹਾਂ ਹੀ ਚੱਲਦਾ ਸੀ ਸਾਰਾ, ਅਤੇ ਉਹ ਸਾਨੂੰ ਨਾ ਮਾਫ਼ੀ ਮਿਲੀ, ਨਾ ਸਾਨੂੰ ਪੈਸਾ ਮਿਲਿਆ, ਨਾ ਸਾਡਾ ਕੋਈ ਕੰਮ ਸੈੱਟ ਆਇਆ। ਉਹ ਬੇਟਾ ਮੇਰਾ ਗੁਜ਼ਰ ਗਿਆ, ਫਿਰ ਅਸੀਂ ਬੈਂਕ ਵਾਲਿਆਂ ਨਾਲ ਇਹਨਾਂ ਨਾਲ ਰਾਬਤਾ ਕੰਮ ਕੀਤਾ, ਉਹ ਕਹਿੰਦੇ ਤੁਹਾਡੀ ਵਾਪਸ ਜਿਹੜੀ ਕਰਜ਼ਾ ਮਾਫ਼ੀ ਵਾਪਸ ਚਲੀ ਗਈ, ਅਤੇ ਇਹ ਤੁਸੀਂ ਦੁਬਾਰਾ ਕੇਸ ਆਪਦਾ ਤਿਆਰ ਕਰਾਓ। ਫਿਰ ਅਸੀਂ ਸਹਿਕਾਰਤਾ ਵਿਭਾਗ AR ਦਫ਼ਤਰ ਜਾ ਕੇ ਮੈਂ ਉੱਥੇ ਐਪਲੀਕੇਸ਼ਨ ਦਿੱਤੀ 11ਵੇਂ ਮਹੀਨੇ ਦੀ ਪਹਿਲੀ ਤਰੀਕ 2018 'ਚ, ਤਾਂ ਉਹਨਾਂ ਤੋਂ ਫਿਰ ਮੈਂ ਮਸਾਂ ਉਹ ਬਹੁਤ ਮੁਸ਼ਕਲਾਂ ਨਾਲ ਗੇੜੇ ਮਾਰ ਮਾਰ ਕੇ ਉਹਦੀ ਸਾਰੀ ਮੈਂ ਪ੍ਰਪੋਜ਼ਲ ਤਿਆਰ ਕਰਾਈ। ਹੁਣ ਨਾ ਮੈਨੂੰ ਕਰਦੇ ਦਿੱਸੇ, ਫਿਰ ਮੈਂ ਨਾਓ 1/2019 ਨੂੰ ਉੱਥੇ SDM ਮੈਡਮ ਪੂਨਮ ਸਿੰਘ ਇੱਥੇ ਸੀਗੇ ਉਸ ਟਾਈਮ 'ਤੇ, ਉਹਨਾਂ ਨੂੰ ਐਪਲੀਕੇਸ਼ਨ ਲਾਈ, ਪਰ ਉਹਨਾਂ ਨੇ ਮੇਰੀ ਕੋਈ ਗੱਲ ਨਾ ਸੁਣੀ, ਨਾ ਮਿਲੀ। ਫਿਰ ਉਸ ਤੋਂ ਬਾਅਦ 13/2019 ਨੂੰ ਮੈਂ ਇੱਥੇ DC ਸਾਹਿਬ ਆਪਣੇ ਫਾਜ਼ਿਲਕਾ ਦਫ਼ਤਰ ਸਰਦਾਰ ਮਨਪ੍ਰੀਤ ਸਿੰਘ ਉਸ ਟਾਈਮ 'ਤੇ DC ਸਾਹਿਬ ਸੀਗੇ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀ। ਉਹ ਮੈਨੂੰ ਕਹਿੰਦੇ ਨਹੀਂ ਕੋਈ ਗੱਲ ਨਹੀਂ, ਤੁਹਾਨੂੰ ਅਸੀਂ ਕਰਜ਼ਾ ਮਾਫ਼ੀ ਵੀ ਕਰਵਾ ਕੇ ਦੇਵਾਂਗੇ, ਤੁਹਾਨੂੰ ਉਸ ਵੀ ਦੇਵਾਂਗੇ। ਮੈਂ ਉਹਨਾਂ ਨੂੰ ਦੱਸਿਆ ਕਿ ਜਿਹੜਾ ਆਪਣਾ ਸਹਿਕਾਰਤਾ ਵਿਭਾਗ ਵਾਲੇ ਨੂੰ ਮੈਂ ਰਸੀਦ ਮੰਗੀ ਸੀ ਮੇਰੇ ਖਾਤੇ ਦੀ, ਮੈਨੂੰ ਰਸੀਦ ਦਿਓ ਮੇਰੇ ਕਾਗਜ਼ ਪੱਤਰ ਮੇਰੇ ਕਰਜ਼ਾ ਮਾਫ਼ੀ ਦੇ ਕਾਗਜ਼ਾਂ ਦੀ, ਵੀ ਮੇਰੇ ਕੋਲ ਕਾਗਜ਼ ਤੁਸੀਂ ਐਪਲੀਕੇਸ਼ਨ ਲਓ ਤਾਂ ਮੈਨੂੰ ਰਸੀਦ ਕਰਕੇ ਦਿਓ। ਉਹ ਕਹਿੰਦੇ ਸੀ ਰਸੀਵ ਨਹੀਂ ਕਰਕੇ ਦਿੰਦੇ ਗੇ, ਇਸ ਤਰ੍ਹਾਂ ਮੈਂ ਟਾਲ ਮਟੋਲ ਕਰਦੇ ਰਹੇ ਸਾਰੇ ਜਿਹੜੇ ਅਧਿਕਾਰੀ ਹੈ। ਹਾਂਜੀ ਹਾਂਜੀ, ਉਸ ਤੋਂ ਬਾਅਦ ਅਸੀਂ ਸਰਦਾਰ ਸੁਖਜਿੰਦਰ ਸਿੰਘ ਹੁੰਦਾਵਾ ਜੋ ਸਹਿਕਾਰਤਾ ਮੰਤਰੀ ਸੀ ਉਸ ਟਾਈਮ 'ਤੇ, ਉਹਨਾਂ ਨੂੰ ਲੈਟਰ ਪਾਇਆ, ਮਨਪ੍ਰੀਤ ਸਿੰਘ ਬਾਦਲ ਨੂੰ ਮੈਂ ਵਿੱਤ ਮੰਤਰੀ ਨੂੰ ਲੈਟਰ ਪਾਇਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈਟਰ ਪਾਇਆ। 10/6/2019 ਨੂੰ ਇੱਥੇ ਸਰਦਾਰ ਬਲਬੀਰ ਸਿੰਘ ਸਿੱਧੂ
जो कि सेहत मंत्री सी पंजाब सरकार दे, वो फाजिलका आए तो मैं उन्होंने रूबरू होकर डीसी दफ्तर विखे मिलिया तो मैंने वो कहें कि 30/6/2019 राशि तुहाडे खाते च पा देंगे। वो अज तक इन्होंने मेरे खाते च माफ़ी नहीं पाई। मैं उन्होंने दस्या भी आ सर्टिफिकेट भी दिखाया, आ मेरे को सर्टिफिकेट आ सरकार का जो कि मैंने सर्टिफिकेट दिता इन्होंने कर्जा माफ़ी का, तो मैं वो सर्टिफिकेट भी दिखाया तो मैंने कहते नहीं कोई गल नहीं, चलो मिसटेक हो गई किसी अफसर तो, असं 30/6/2019 खाते थोड़े असं राशि पैसे पा देंगे। तो वो सरदार बलबीर सिंह सिद्धू इतने मैं डीसी दफ्तर में खुद में मिले थे तो उन्होंने मैं मैंने वादा भी किया भी 30/6/2019 खाते थोड़े राशि पा दें, पर नहीं पाया उन्होंने। उस तो बाद मैं इन्होंने बहुत चिट्ठिया पत्र करते रहे, घट्टो घट 10-15 हज़ार रुपया मेरा इन्होंने कागजा से खर्च हो गया, जिन्ना ही मेरा यह सारा सिस्टम सारा खराब हो गया है। हुण मेरे को ना कोई सारा कमाई है, ना कोई लैन ना देन, ना ही मेरी गल सुनते हैं। हुण मैं अखीर 13 दिसंबर 2000 अपने 21 दे विच इतने मन साढ़े जिहड़े चरणजीत सिंह चन्नी जी मुख्यमंत्री है, ये लोग दस रहे थे कि हर एक बंदे की गल सुनते हैं, हर एक आम बंदे की गल सुनते हैं। मैं कहा चलो आप भी उत्थे जाने तो मैं उत्थे गया मरंडे इन्हां दी कोठी, तो मैनू ये कहिंदे भी उत्थे तुसीं चंडीगढ़ जाओ, इत्थे तां सिर्फ मरंडे हल्के वाले की चमकौर साहब हल्के वाले की गल सुनते हैं, चन्नी साहब जिहड़े मुख्यमंत्री साहब है। तो मैं उत्थे चंडीगढ़ 17 तरीक नूं पहुंचिया सुबह, उतों करिया कि वापसी मैं गया, तो मैंने उतों बरंडे तो दस्या उन्होंने कि ज्योति जी उन्होंने पीए है तुम उन्होंने मिल लियो जी। मैं उतने जाके सिक्योरिटी गार्डा उ जे उ अपने अफसर से जोड़े उन्होंने बार मुलाजम से सारे पूछा भी उन्होंने ज्योति जी मिला दो, उन्होंने कोई ज्योति जी ने भी मिलाया मैं उ 2000 जदों मैं 17 तरीक 21 दिसंबर उत्थे गया, तो उतों मैं 23 तरीक 2 दिसंबर दिन वापस उतों आया, 8 दिन मैं उत्थे रहा बिल्कुल। मैंने उत्थे कोई महाराज इतने मुख्यमंत्री चन्नी साहब नहीं मिले, मैं मिले गए ना उन्होंने कोई मैं रिसीव करके दिता कागज, तो मैं उत्थे 8 दिन बह के आ गया, तो उन्होंने कोई कोई गल नहीं सुनी। अनेक बार मैं डीसी दफ्तर के जेडे गेड़े ला चुका इतने, तो वह मेरी कोई उत्थे गल नहीं बनी। हाँ जी, तो यह जो आपको सर्टिफिकेट दिता है बैंक वाले ने, हाँ जी, तो यह सर्टिफिकेट दिता उन्होंने, हाँ जी, तो यह सर्टिफिकेट देने के बावजूद ये आप कह सकते हैं कि तुहाडा कर्जा माफ किया गया है? किया जी, कागजा च किया उन्होंने, पर मेरे खाते कुछ नहीं पाया गा। अच्छा जी, मेरे खाते कुछ नहीं पाया उन्होंने। हाँ जी, हाँ जी, ठीक है जी। तो एक अपने बाबा जी तुसी पहला दस्या कि साढ़े दो बेटे सी, हाँ जी, हाँ जी, जो स्वर्गवास हो गए सी, हाँ जी, हाँ जी, ते ओ मैरिज हुई सी उन्हां दी? नहीं नहीं, उन्हां दी मैरिज नहीं हुई सी। अच्छा, नहीं मैरिज दोनों दी नहीं सी हुई, ते उन्हां दोनों वीरां दी मैरिज नहीं सी हुई, तां ए बच्चा फिर ए मेरे भरा दा पोतरा है जी। अच्छा जी, ठीक है, ए बच्चा जी इन्हां दा पोतरा है, भरा दा पोतरा, भतीजा कह लो, है ना, भतीजे दा लड़का है, भतीजे दा लड़का। ते हाँ जी, आप बाबा जी जसपाल सिंह पिंड रूड़िया वाले तो जिन्हां दे नाल आपां मिल के गलबात की है, ये परिवार ये बजुर्ग 7-8 दिन चन्नी दी कोठी दे बाहर भी बैठे रहे ने, उन्होंने भी कोई गलबात नहीं सुनी, जो आपां इन्हां दे मूहों गलबात सारी सुनी है। ये सर्टिफिकेट भी दिता है इन्हां नूं करजा माफ़ी का, तो फिर भी करजा माफ इन्हां दा नहीं होया, इन्हां दी राशि जिहड़ी इन्हां नूं ਕਰਜ਼ਾ ਇਹਨਾਂ ਦਾ ਮਾਫ ਹੋ ਕੇ ਤੇ ਇਹਨਾਂ ਨੂੰ ਬਾਕੀ ਬੈਲੈਂਸ ਆਉਣਾ ਸੀ, ਪੈਸੇ ਆਉਣੇ ਸੀ। ਐਪਲੀਕੇਸ਼ਨ ਹੈ ਜੀ ਮੇਰੇ ਕੋਲ, ਵੱਖ ਵੱਖ ਐਪਲੀਕੇਸ਼ਨ ਹੈ ਮੇਰੇ ਕੋਲ ਇਹ। ਹਾਂਜੀ ਹਾਂਜੀ, ਇਹ ਐਪਲੀਕੇਸ਼ਨ ਤੁਸੀਂ ਦੇਖੋ, ਇੱਕ ਇੱਕ ਐਪਲੀਕੇਸ਼ਨ ਦੇਖੋ ਤੁਸੀਂ। ਹਾਂਜੀ, ਆਹ ਐਪਲੀਕੇਸ਼ਨ ਹੈ ਮੇਰੀ, ਇਹ ਜਵਾਬ ਆਇਆ ਮੈਨੂੰ ਐਪਲੀਕੇਸ਼ਨ ਦਾ, ਪਰ ਫਿਰ ਵੀ ਕੋਈ ਪੈਸੇ ਨਹੀਂ ਪਾ ਰਹੇ। ਆਹ ਲਓ, ਇਹ ਵੀ ਜਵਾਬ ਆਇਆ। ਹਾਂਜੀ, ਆਹ ਮੈਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ। ਹਾਂਜੀ, हाँ, डिप्टी कमिश्नर सीएम साहब ने आर्डर किए, पर फिर भी उन्होंने डिप्टी कमिश्नर मेरे खाते को पैसा नहीं पाया। हाँ जी, हाँ, सरदार बलबीर सिंह सिद्धू ने मैं एप्लीकेशन दी थी। ठीक है, ये यदि भी फोटो कापी है मेरे को। अच्छा, ये बहुत मैं एप्लीकेशन दे चुका इन्हों, पर मेरी कोई उन्होंने गल नहीं सुनी किसी ने। हाँ जी, करजे तो करजा माफ कराने के लिए ये बुजुर्ग जिन्होंने कोल काम कार भी नहीं हो रहा, हूँ कामकार भी नहीं, ये दो ही बजुर्ग माता ते बजुर्ग यही हैं, दोनों परिवार है इन्हों का ही, दोहां का परिवार है, दो बेटे सन जिन्ह की पिछे मौत हो गई, हुण इन्हां दे कोल कोई बच्चा नहीं है, ये दो ही जी हैं एक परिवार दे, ते इन्हां नूं मैं भी बेनती करदा हाँ सारे वीरां दे अगे, जो
सीएम चन्नी साहब इन्हां दी कोठी दे विच वी कोठी दे बाहर बाबा जी बैठे रहे ने ते उन्हां ने भी कोई गलबात नहीं सुनी। उस तो पहला भी बहुत बाबा जी ने कागज पत्र बना रखे ने ता होर भी बहुत थावां ते गए होर बहुत जणियां कोल गए किसे ने इन्हां दी गलबात नहीं सुनी। ता उस तो अगे 2020 दे विच बारिश आई उस बारिश दे विच कुछ लोकां ने मिलके मेरे घर दे विच इधर पानी छड़ता साडे खेतां च। हां जी ता उस टाइम ते मेरा मकान दी हालत बिल्कुल खस्ता हो गया तुसीं देख लो तुसीं देख सकदे हो सारी। हां जी हां जी आ इधर इक मकान ओ मेरा मकान डिग पिया मेरी इत्थे मास्टर आए मेरे साडा घर दा जायजा लैके गए उन्हां ने बैंक दे साडे खाते भी लै गए पर साडे खाते कोई पैसा नहीं पाया उन्होंने। ते कांग्रेस सरकार है जिहड़ी इह सरासर इह आपदे सिर्फ चेतियां दा काम करदी है। हां जी ਉੱਥੇ ਮੈਨੂੰ ਆਪਣੇ ਸੁਖਜਿੰਦਰ ਸਿੰਘ ਦਾਵਾ ਕਹਿੰਦੇ ਕਿ ਤੁਸੀਂ ਉੱਥੇ ਕਾਂਗਰਸ ਐਮਐਲਏ ਦੀ ਚਿੱਠੀ ਲੈ ਕੇ ਆਓ। ਹਾਂਜੀ ਤੇ ਫਿਰ ਅਸੀਂ ਤੁਹਾਡਾ ਕੋਈ ਤੁਹਾਡੀ ਗੱਲ ਸੁਣਾਂਗੇ ਅਸੀਂ ਤੁਹਾਡੀ। ਸੁਖਜਿੰਦਰ ਸਿੰਘ ਦਾਵਾ ਨੂੰ ਉੱਥੇ ਮਿਲਿਆ ਮੈਂ ਚੰਡੀਗੜ੍ਹ ਠੀਕ ਹੈ ਇਸ ਟਾਈਮ 'ਤੇ ਜਿਹੜੇ ਕਿ ਉਹ ਡਿਪਟੀ ਚੀਫ ਮਿਨਿਸਟਰ ਹੈਗੇ ਹੈ। ਹਾਂਜੀ ਉਹਨਾਂ ਨੂੰ ਮਿਲਿਆ ਮੈਂ ਉਹ ਮੈਨੂੰ ਕਹਿੰਦੇ ਕਿ ਤੁਸੀਂ ਐਮਐਲਏ ਦੇ ਹਲਕੇ ਦੇ ਐਮਐਲਏ ਚਿੱਠੀ ਲੈ ਕੇ ਆਓ। ਮੈਂ ਉੱਥੇ ਵੀ ਪੱਤਰਕਾਰਾਂ ਨਾਲ ਡੇਲੀ ਪੋਸਟ 'ਤੇ ਮੇਰੇ ਉੱਥੇ ਗੱਲ ਹੋਈ ਸੀ ਮੇਰੀ। ਮੈਂ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਪੈਸਾ ਹੈ ਸਰਕਾਰ ਪੰਜਾਬ ਸਰਕਾਰ ਦਾ ਸਾਰਾ ਜੋ ਪੈਸਾ ਹੈ ਇਹ ਸਾਰੀ ਪਬਲਿਕ ਤੋਂ ਫੰਡ ਇਕੱਠਾ ਹੁੰਦਾ ਇਹ ਇਕੱਲੇ ਕਾਂਗਰਸੀਆਂ ਦਾ ਪੈਸਾ ਨਹੀਂਗਾ ਇਹ। ਹਾਂਜੀ ਇਹ ਕਾਂਗਰਸੀਆਂ ਵਾਸਤੇ ਪੈਸਾ ਹੈਗਾ ਇਹ। ਹਾਂਜੀ ਤੋ ਕਾਂਗਰਸੀਆਂ ਨੇ ਇਹਨਾਂ ਨੇ ਕਾਂਗਰਸ ਸਰਕਾਰ ਨੇ ਬਹੁਤ ਹੀ ਇੱਕ ਪੱਖ ਪੂਰਨ ਕੀਤਾ ਹੈ। ਸਿਰਫ ਕਾਂਗਰਸੀ ਬੰਦਿਆਂ ਨੂੰ ਹੀ ਇਹ ਇਹਨਾਂ ਦੀ ਕੋਸ਼ਿਸ਼ ਸੀ ਵੀ ਅਸੀਂ ਪੈਸਾ ਪਾਈਏ। ਮੇਰਾ ਕੇਸ ਇਹਨਾਂ ਨੇ ਸਰਕਾਰ ਨੇ ਇਹਨਾਂ ਦੇ SDO ਨੇ DC ਨੇ ਇਹਨਾਂ ਦੇ ਬੈਂਕ ਨੇ ਕੋਆਪਰੇਟਿਵ ਬੈਂਕ ਨੇ ਸਹਿਕਾਰਤਾ ਵਿਭਾਗ ਨੇ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਨੇ ਜਾਣ ਕੇ ਖਰਾਬ ਕੀਤਾ ਇਹਨਾਂ ਨੇ। ਹਾਂਜੀ ਜਿਹਦਾ ਕੋਈ ਮਸਲਾ ਨਹੀਂ ਹੱਲ ਕਰਨਾ ਚਾਹੁੰਦੇ ਇਹ। ਹਾਂਜੀ ਲਓ ਜੀ ਇਹ ਬਾਬਾ ਜੀ ਦੇ ਨਾਲ ਆਪਾਂ ਪਿੰਡ ਰੂੜਿਆਂ ਵਾਲੀ ਦੇ ਵਿੱਚ ਪਹੁੰਚ ਕੇ ਬਾਬਾ ਜਸਪਾਲ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੁਸੀਂ ਸਾਹਮਣੇ ਮੇਰੇ ਲੜਕਿਆਂ ਦੀ ਫੋਟੋ ਤੇ ਆਪਾਂ ਵੀ ਲਾਓ ਤੁਸੀਂ ਇਹਨਾਂ ਦੇ ਜੋ ਬੇਟੇ ਹਨ ਉਹਨਾਂ ਦੇ ਵੀ ਆਪਾਂ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ ਅਤੇ ਇਹਨਾਂ ਦੇ ਘਰ ਦੀਆਂ ਜੋ ਤਸਵੀਰਾਂ ਹਨ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਆਓ ਆਪਾਂ ਤਸਵੀਰਾਂ ਵੇਖਦੇ ਹਾਂ। ਇਹ ਹਨ ਜੀ ਇਹ ਬਾਬਾ ਜੀ ਦੇ ਦੋ ਬੇਟੇ ਜਿਨ੍ਹਾਂ ਦੀ ਆਪਾਂ ਦੇਖ ਸਕਦੇ ਹਾਂ ਸਨ ਵੀ ਦਿਖ ਰਿਹਾ ਹੈ ਫੋਟੋ ਦੇ ਵਿੱਚ। ਇਹਨਾਂ ਦੀ ਮੌਤ ਹੋ ਚੁੱਕੀ ਸੀ ਤਾਂ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬਾਬਾ ਜੀ ਅਤੇ ਇਹਨਾਂ ਦੀ ਧਰਮ ਪਤਨੀ ਮਾਤਾ ਜੀ ਜੋ ਇਹੀ ਦੋ ਹੀ ਪਰਿਵਾਰ ਦੇ ਵਿੱਚ ਜੀ ਹਨ ਤਾਂ ਕੰਮ ਕਾਰ ਵੀ ਔਖਾ ਹੈ। ਲਓ ਜੀ ਹੁਣ ਆਪਾਂ ਅੱਗੇ ਇਹਨਾਂ ਦੇ ਘਰ ਦੀਆਂ ਤਸਵੀਰਾਂ ਜੋ ਆਪਾਂ ਦਿਖਾਉਂਦੇ ਹਾਂ ਲਓ ਜੀ ਇਹ ਹੈ ਇਹ ਜੋ ਘਰ ਹੈ ਇਹਨਾਂ ਦਾ ਛੱਤ ਵੀ ਇਹ ਜੀ 2020 'ਚ ਬਾਰਿਸ਼ ਆਈ ਸੀ ਬਹੁਤ ਜ਼ਿਆਦਾ 90 mm ਬਾਰਿਸ਼ ਹੋਈ ਸੀਗੀ। ਹਾਂਜੀ ਇੱਥੇ ਇੱਕ ਬਿਜੀਪੁਰਾ ਮਾਈਨਰ ਸੀ ਸਾਡੇ ਆਹ ਸਾਹਮਣੇ ਮਾਈਨਰ ਹੈ ਇਹ ਬਾਈ ਮਾਈਨਰ ਟੁੱਟ ਗਿਆ ਸੀ ਮਾਈਨਰ ਟੁੱਟ ਕੇ ਪਾਣੀ ਆ ਗਿਆ। ਅੱਛਾ ਜੀ ਉਹ ਪਾਣੀ ਸਾਡਾ ਸਾਰੇ ਇੱਥੇ ਮੇਰੇ ਘਰ ਦੇ ਨਜ਼ਦੀਕ 60-65 ਕਿੱਲਿਆਂ 'ਚ ਖੜ ਗਿਆ। ਉਸ ਟਾਈਮ 'ਤੇ ਮੈਂ 260-555 'ਤੇ DC ਦਫ਼ਤਰ ਫੋਨ ਕੀਤਾ। ਹਾਂਜੀ ਤਾਂ ਫਿਰ ਉਹ ਬੜੀ ਮੁਸ਼ਕਿਲ ਨਾਲ ਹਰਿੰਦਰਪਾਲ ਸਿੰਘ ਜਿਹੜੇ ਡਰੇਨੇਜ ਵਿਭਾਗ ਦੇ SDO ਸੀਗੇ ਉਹ ਇੱਥੇ ਆਏ। ਹਾਂਜੀ ਉਹਨਾਂ ਨੇ ਆ ਕੇ DC ਸਾਹਿਬ ਨੇ ਆਰਡਰ ਕੀਤਾ ਸੀ ਫਿਰ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਪਾਣੀ ਕਢਾਇਆ ਅਤੇ ਮਕਾਨ ਮੇਰਾ ਉਸ ਟਾਈਮ ਦਾ ਖਰਾਬ ਹੋਇਆ ਅਤੇ ਇੱਥੇ ਜਿਹੜੇ ਇਹਨਾਂ ਦੇ ਸਰਕਾਰ ਦੇ ਅਧਿਕਾਰੀ ਆਏ ਸੀ ਇੱਥੇ ਟੀਚਰਾਂ ਨੂੰ ਘੱਲਿਆ ਸੀ ਇਹਨਾਂ ਮਕਾਨ ਵੇਖਣ। ਹਾਂਜੀ ਮਕਾਨ ਵੀ ਵੇਖ ਗਏ ਸਾਡਾ ਮਕਾਨ ਅੰਦਰੋਂ ਸਾਰਾ ਖਸਤਾ ਹੋਇਆ ਪਿਆ ਹਾਲਤਾਂ ਸਾਰੀਆਂ ਫਰਸ਼ਾਂ ਟੁੱਟੀਆਂ ਪਈਆਂ ਅਤੇ ਮਕਾਨ ਸਾਰਾ ਟੁੱਟ ਗਿਆ ਅਤੇ ਸਾਨੂੰ ਕੋਈ ਇਹਨਾਂ ਨੇ ਪੈਸਾ ਨਹੀਂ ਪਾਇਆ। ਉਲਟਾ ਅਸੀਂ SDO ਦਸਤੇ ਜਾ ਕੇ ਪਤਾ ਕੀਤਾ ਉਹ ਕਹਿੰਦੇ ਕਿ ਸਾਰੀ ਅਸੀਂ ਕਾਰਵਾਈ ਕਰ ਚੁੱਕੇ ਹਾਂ ਜੀ ਅਤੇ ਇਸ ਤੁਹਾਨੂੰ ਅਸੀਂ ਕੋਈ ਦੱਸ ਨਹੀਂ ਸਕਦੇ ਇਹਦੇ ਬਾਰੇ। ਉਹ ਇਹਨਾਂ ਨੇ ਪਾਇਆ ਕੁਛ ਨਹੀਂ ਖਾਤੇ ਸਾਡੇ ਬਸ ਇਸ ਤਰ੍ਹਾਂ ਹੀ ਟਾਲਾ ਮਟੋਲ ਕਰਦੇ ਇਹ ਅਤੇ ਇਹ ਉਹ 2020 ਦੇ ਵਿੱਚ ਵੀ ਇਹ ਬਿਜੀਤਪੁਰ ਮਾਈਨਰ ਟੁੱਟਿਆ ਸੀ ਸਰਕਾਰ ਦੀ ਗਲਤੀ ਦੇ ਕਾਰਨ ਮਾਈਨਰ ਟੁੱਟਿਆ ਸੀਗਾ। ਉਹ ਮਾਈਨਰ ਦਾ ਪਾਣੀ ਸਾਰਾ ਸਾਡਾ ਇੱਥੇ ਸਾਡੇ ਘਰ ਕੋਲ ਆ ਗਿਆ ਇੱਥੇ। ਹਾਂਜੀ ਸਾਡਾ ਮਕਾਨ ਵੀ ਸਾਡਾ ਬਾਰਿਸ਼ ਦੇ ਟੁੱਟ ਗਿਆ ਹੁਣ ਮੇਰੇ ਮਕਾਨ ਬਣਾਉਣ ਕੋਈ ਇੱਥੇ ਹੈ ਨਹੀਂ ਇੱਥੇ ਕੋਈ। ਹਾਂਜੀ ਮੈਨੂੰ ਕੌਣ ਮਕਾਨ ਬਣਾ ਕੇ ਦੇਵੇ ਮੈਨੂੰ ਅਤੇ ਪੈਸਾ ਮੇਰਾ ਜਿਹੜਾ ਸੀ ਮੇਰੇ ਬੱਚੇ ਦੇ ਇਲਾਜ 'ਤੇ ਲੱਗ ਗਿਆ ਉੱਥੇ 5-6 ਲੱਖ ਰੁਪਇਆ ਅਰਸ਼ਵਿੰਦਰ ਸਿੰਘ ਬਿਮਾਰ ਸੀਗਾ। ਹਾਂਜੀ ਅਤੇ ਉਸ ਤੋਂ ਪਹਿਲਾਂ ਜਿਹੜਾ ਮੇਰਾ ਸਿਸਟਮ ਸਾਰੇ ਤੁਹਾਨੂੰ ਪਤਾ ਹੀ ਹੈ ਵੀ ਘਰ ਦੇ ਵਿੱਚ 13 ਨਾਲ 15 ਮਰਲ ਦੇ ਮੇਰੇ ਕੋਲ ਜ਼ਮੀਨ ਹੈ। ਜਦੋਂ ਮੈਂ ਦਫ਼ਤਰਾਂ ਜਾਂਦਾ ਤਾਂ ਬੈਂਕ ਵਾਲੇ ਪੁੱਛਦੇ ਤੇਰੇ ਕੋਲ ਜ਼ਮੀਨ ਕਿੰਨੀ ਹੈ। ਇੱਕ SDO ਬ੍ਰਾਂਚ ਫਾਜ਼ਿਲਕਾ ਹੈਗੀ ਹੈ ਇਹਨਾਂ ਦੀ ਮੇਨ ਬੈਂਕ ਹੈ ਜਿਹੜਾ ਵੱਡਾ ਬੈਂਕ ਉਹ ਮੈਨੂੰ ਪੁੱਛਦੇ ਤੁਹਾਡੀ ਮਾਫ਼ੀ ਕਿੰਨੀ ਸੀ ਕਿਉਂਕਿ SDO ਬ੍ਰਾਂਚ ਵੱਡੀ ਇਹਨਾਂ ਦੀ ਮੇਨ ਹੁੰਦੀ ਹੈ ਜਿਹੜੀ ਬੈਂਕਾਂ ਦੇ ਉੱਤੇ। ਹਾਂਜੀ ਉਹ ਮੈਨੂੰ ਕਹਿੰਦੇ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ ਮੈਂ ਕਿਹਾ ਜੀ ਤੁਹਾਡੇ ਕੋਲ ਜ਼ਮੀਨ ਤਾਂ ਕਾਗਜ਼ਾਂ 'ਚ ਹੈਗੀ ਹੈ ਮੇਰੀ ਸਾਰਾ ਸੁਡਕਲ ਕਾਰਡ ਹੈਗਾ। ਕਹਿੰਦੇ ਫਿਰ ਤੁਹਾਡੀ ਬੈਂਕਾਂ ਨਾਲ ਕੋਈ ਵਿਗੜੀ ਹੋਣੀ ਹੈ ਤਾਂ ਤੁਹਾਡੇ ਪੈਸੇ ਨਹੀਂ ਫਾਈ ਮੈਂ ਮੇਰੇ ਤੋਂ ਕੁਛ ਨਹੀਂ ਵਿਗੜੀ ਉਹਨਾਂ ਨਾਲ ਬੈਂਕਾਂ ਨਾਲ। ਹਾਂਜੀ ਨਹੀਂ ਮੇਰੀ ਵਿਗੜੀ ਹੈ ਮੇਰੇ ਤੋਂ ਕੋਈ ਵਿਗੜੀ ਨਹੀਂ ਮੈਂ ਇਸ ਗੱਲ ਦੀ। ਹਾਂਜੀ ਹਾਂਜੀ ਕਹਿੰਦੇ ਹੁਣ ਤੁਸੀਂ ਕੀ ਚਾਹੁੰਦੇ ਮੈਂ ਤਾਂ ਇਹ ਚਾਹੁੰਦਾ ਮੇਰੇ ਖਾਤੇ ਪੈਸੇ ਪਾ ਦਿਓ ਬਸ। ਹਾਂਜੀ ਹਾਂਜੀ ਮੈਂ ਤਾਂ ਹੋਰ ਕੁਛ ਨਹੀਂ ਚਾਹੁੰਦਾਗਾ ਪਰ ਮੈਂ ਹੁਣ ਕੰਜ਼ੂਮਰ ਕੋਰਟ 'ਚ ਕੇਸ ਕਰੂੰਗਾ ਇਹਨਾਂ 'ਤੇ। ਹਾਂਜੀ ਸਾਰਿਆਂ 'ਤੇ ਫਾਜ਼ਿਲਕਾ ਕੰਜ਼ੂਮਰ ਕੋਰਟ ਹੈ ਉੱਥੇ ਫ੍ਰੀ ਕੇਸ ਹੁੰਦਾ ਹੈ। ਹਾਂਜੀ ਹੁਣ ਮੈਂ ਉੱਥੇ ਕੰਜ਼ੂਮਰ ਕੋਰਟ 'ਚ ਇਹਨਾਂ 'ਤੇ ਕੇਸ ਕਰਨਾ ਹੈ। ਠੀਕ ਹੈ ਜੀ ਹਾਂਜੀ।